ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ। ਮੈਂ ਇਸ ਵੇਲੇ ਪੰਜਾਬ ਦੇ ਵਿੱਚ ਲੈਮਰਿਨ ਟੈਕਸਟਾਈਲ ਯੂਨੀਵਰਸਿਟੀ ਵਿੱਚ ਖੜ੍ਹਾ, ਜਿਹੜੀ ਰੈਲ ਮਾਜਰਾ ਰੋਪੜ ਵਿੱਚ ਬਣੀ ਹੋਈ ਹੈ। ਰੋਪੜ ਤੋਂ 5 ਕਿਲੋਮੀਟਰ ਥੋੜ੍ਹਾ ਜਿਹਾ ਪਰਾਂ ਹੈ ਅਤੇ ਚੰਡੀਗੜ੍ਹ ਤੋਂ 35-40 ਕਿਲੋਮੀਟਰ ਦੇ ਸਫ਼ਰ 'ਤੇ ਹੈ, 35 ਕਿਲੋਮੀਟਰ ਦੀ ਦੂਰੀ 'ਤੇ ਹੈ। ਮੈਂ ਆਪ ਸਾਰੀਆਂ ਸੰਗਤਾਂ ਦੇ ਰੂਬਰੂ ਅੱਜ ਹੋਇਆ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ 3 ਦਿਹਾੜੇ ਮਨਾਏ ਜਾਂਦੇ, ਜਿਸ ਬਾਰੇ ਸਾਨੂੰ ਬਹੁਤ ਕਨਫਿਊਜ਼ਨ ਹੈ, ਸਿੱਖ ਜਗਤ ਵਿੱਚ ਬਹੁਤ ਕਨਫਿਊਜ਼ਨ ਹੈ। ਪਹਿਲਾ ਦਿਹਾੜਾ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ, ਜਿਹੜਾ 28 ਅਗਸਤ ਨੂੰ ਲੰਘਿਆ। ਸੰਪੂਰਨਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸਾਬੋ ਕੀ ਤਲਵੰਡੀ ਵਿਖੇ ਕਰਵਾਈ, ਜਦ ਭਾਈ ਮਨੀ ਸਿੰਘ ਜੀ ਤੋਂ ਗ੍ਰੰਥ ਸਾਹਿਬ ਜੀ ਲਿਖਵਾਇਆ। ਆਪ ਸਤਿਗੁਰੂ ਜੀ ਨੇ ਸਾਰੀ ਬਾਣੀ ਉਚਾਰੀ, ਬਾਬਾ ਦੀਪ ਸਿੰਘ ਜੀ ਨੇ ਕਲਮਾ ਘੜੀਆਂ, ਸ਼ਾਹੀ ਬਣਾਈ। ਸੋ ਉਹ ਸੰਪੂਰਨਤਾ ਦਿਵਸ ਹੈ ਜਦ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕੀਤੀ। ਦੂਸਰਾ ਦਿਹਾੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ, ਸੱਚੇ ਪਾਤਸ਼ਾਹ ਵੱਲੋਂ ਗੁਰਤਾਗਰਦੀ ਬਖਸ਼ਣ ਵਾਲਾ। ਇਹ ਦਿਹਾੜਾ ਨੰਦੇੜ ਦੀ ਧਰਤੀ 'ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਿਹੜਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਇਹਦਾ ਜਿਹੜਾ ਇਹਨਾਂ ਦੋਨਾਂ ਦਿਹਾੜਿਆਂ ਬਾਬਤ ਸਾਨੂੰ ਇਹ ਜ਼ਿਕਰ ਮਿਲਦਾ ਹੈ ਕਿ ਜਦ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਾਈ ਅਤੇ ਉੱਥੇ ਅਖੰਡ ਪਾਠ ਸਾਹਿਬ ਰਖਵਾਇਆ ਸਾਬੋ ਕੀ ਤਲਵੰਡੀ ਵਿਖੇ, ਅਤੇ ਜਿਹੜਾ ਉੱਥੇ ਹੁਕਮਨਾਮਾ ਆਇਆ ਉਹਦਾ ਜ਼ਿਕਰ ਹੈ ਸਵਰੂਪ ਸਿੰਘ ਕੋਸ਼ਿਸ਼ ਹੋਰਾਂ ਦੀਆਂ ਲਿਖਤਾਂ ਦੇ ਵਿੱਚ, ਗੁਰੂ ਦੀਆਂ ਸਾਖੀਆਂ ਵਿੱਚ ਜ਼ਿਕਰ ਹੈ ਕਿ ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਇਹ ਸ਼ਬਦ ਹੁਕਮ ਰੂਪ ਦੇ ਵਿੱਚ ਆਇਆ ਸੀ ਸਾਬੋ ਕੀ ਤਲਵੰਡੀ ਵਿਖੇ। ਔਰ ਜਦ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾਗੱਦੀ ਬਖਸ਼ੀ ਹੈ ਨੰਦੇੜ ਦੀ ਧਰਤੀ 'ਤੇ, ਅਤੇ ਉੱਥੇ ਸਤਿਗੁਰੂ ਜੀ ਨੇ ਆਪਣੇ ਮੁਖਾਰਬਿੰਦ ਤੋਂ ਜਿਹੜਾ ਸ਼ਬਦ ਉਚਾਰਨ ਕੀਤਾ ਸੀ ਉਹਦੇ ਬਾਰੇ ਮਿਲਦਾ, ਖੁੱਲ੍ਹਿਆ ਕਰਮ ਕਿਰਪਾ ਭਈ ਠਾਕੁਰ ਕੀਰਤਨ ਹਰ ਹਰ ਗਾਇ। ਅਤੇ ਜਿਹੜਾ ਦਿਹਾੜਾ ਹੁਣ 4 ਸਤੰਬਰ 2024 ਨੂੰ ਆ ਰਿਹਾ, ਇਹ ਗੁਰੂ ਅਰਜਨ ਸਾਹਿਬ ਜੀ ਵੱਲੋਂ ਹੈ, ਗੁਰੂ ਅਰਜਨ ਸਾਹਿਬ ਜੀ ਵੱਲੋਂ ਪਹਿਲਾ ਪ੍ਰਕਾਸ਼ ਦਿਹਾੜਾ। ਸੋ ਇਹ 3 ਦਿਹਾੜੇ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਵੱਲੋਂ ਸੰਪੂਰਨਤਾ ਦਿਵਸ ਹੈ ਔਰ ਗੁਰਤਾਗੱਦੀ ਦਿਵਸ ਹੈ। ਇਹ 2 ਦਿਹਾੜੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਰਿਲੇਟਿਡ, ਔਰ ਜਿਹੜਾ ਪਹਿਲਾ ਪ੍ਰਕਾਸ਼ ਦਿਹਾੜਾ ਆ ਰਿਹਾ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼, ਪੋਥੀ ਸਾਹਿਬ ਦਾ ਪਹਿਲਾ ਪ੍ਰਕਾਸ਼ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਹੜਾ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਕਰਵਾਇਆ, ਬਾਬਾ ਬੁੱਢਾ ਜੀ ਨੇ ਗ੍ਰੰਥੀ ਵਜੋਂ ਸੇਵਾ ਨਿਭਾਈ। ਸੋ ਉੱਥੇ ਜਿਹੜਾ ਹੁਕਮਨਾਮਾ ਆਇਆ ਸੂਹੀ ਮਹੱਲਾ 5, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਸਤਿਗੁਰ ਬਖਸ਼ਿਸ਼ ਕਰਨ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਾ ਹੈ ਸੇਵਕ ਜਨਮਨ, ਪਰ ਤੱਕ ਗੁਰੂ ਨਿਸਤਾਰੇ। ਇਹ ਨਿਸਤਾਰ ਕਰਨ ਵਾਲੀ ਹੈ ਸਾਡੀ ਬਾਣੀ, ਸਾਨੂੰ ਕਲਯੁੱਗ ਦੇ ਦੁੱਖਾਂ ਦੇ ਵਿੱਚੋਂ, ਵਿਕਾਰਾਂ ਦੇ ਵਿੱਚੋਂ, ਮਾਇਆ ਦੀ ਪਕੜ ਵਿੱਚੋਂ ਸਤਿਗੁਰ ਰਹਿਮਤ ਕਰਨ। ਇਸ ਬਾਣੀ ਨੂੰ ਅਸੀਂ ਹਿਰਦੇ ਵਿੱਚ ਵਸਾਈਏ। ਇਹ ਤੁਰਕੀ ਬਾਣੀ ਹੈ, ਇਹ ਖਸਮ ਕੀ ਬਾਣੀ ਹੈ, ਇਹ ਅਟਲ ਬਾਣੀ ਹੈ, ਅੰਮ੍ਰਿਤ ਬਾਣੀ ਹੈ। ਇਸ ਬਾਣੀ ਦੇ ਵਿੱਚ ਮੋਤੀ ਰਤਨ ਜਵਾਹਰ ਗੁਣਾਂ ਦੇ ਖਜ਼ਾਨੇ ਨੇ। ਸੋ ਸਤਿਗੁਰ ਬਖਸ਼ਿਸ਼ ਕਰਨ, ਇਹ ਪ੍ਰਕਾਸ਼ ਦਿਹਾੜਾ ਆਪ ਸਾਰੀਆਂ ਸੰਗਤਾਂ ਲਈ ਹਿਰਦੇ ਦੇ ਚਾਨਣ ਰੂਪੀ ਗਿਆਨ ਦਾ ਪ੍ਰਕਾਸ਼ ਲੈ ਕੇ ਆਏ। ਸਾਰੀਆਂ ਸੰਗਤਾਂ ਕੱਚੇ ਗੁਰੂ ਦੇ ਧਾਰੀਆਂ ਤੋਂ ਹੋਰ ਅਰਲ ਬਰਲ ਵਾਲੇ ਪਾਸਿਓਂ ਹਟ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨੀ ਲੱਗੀਏ। ਇਹੀ ਸਿੱਖ ਹੋਣ ਦੀ ਰਹਿਣੀ ਬਹਿਣੀ, ਸਿੱਖ ਦੀ ਜੀਵਨ ਜੁਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ